जे ठीक है प्रोड़ता कर दो, जे गलत है विरोध कर दो। इस करके ये जी है पूर्ण ग्रंथ है, यह जहा ग्रंथ होर नहीं थोड़ा कोई मिल सकता। लफ्जां दे अर्थ भी डिफाइन किए हुए, अर्थां दे अनर्थ ना कर लो। इस करके भी बहुत एक्सप्लेनेशन कीतियां हुई ने इहदे च ਵੀ ਇਹ ਲਫ਼ਜ਼ ਦੇ ਅਰਥ ਇਹੀ ਕਰਦੇ ਨੇ, ਹੋਰ ਨਹੀਂ ਕਰ ਸਕਦੇ, ਜੇ ਹੋਰ ਕਰ ਲਏ ਹੋਰ ਪਾਸੇ ਚਲੇ ਜਾਓਗੇ। ਸੋ ਸ਼ਬਦ ਨਿਰੰਤਰ ਨਿਜ ਕਰ ਅੱਛਾ ਤੇਰੇ ਭਵਨ ਜੋਤ ਸੋ ਸ਼ਬਦ ਲੈ। ਅੱਛਾ ਲਫ਼ਜ਼ ਹੁਣ ਇੱਥੇ ਅੱਛਾ ਲਫ਼ਜ਼ ਹੁੰਦਾ ਹੀ ਹੈ, ਸੋ ਸ਼ਬਦ ਨਿਰੰਤਰ ਨਿਜ ਕਰ ਅੱਛਾ ਕੁਮਾਰ ਕੇ ਕਰ ਹੰਡੀ ਅੱਛਾ, ਕੁਮਾਰਾਂ ਦੇ ਘਰ ਹਾਂਡੀ ਹੁੰਦੀ ਹੋਈ ਹੈ। ਠੀਕ ਹੈ, ਤੇਲੀ ਕੇ ਘਰ ਤੇਲ ਅੱਛਾ ਹੁੰਦਾ ਹੀ ਹੈ ਉਹਦੇ, ਤੇਲੀ ਦੇ ਨਾ ਹੋਰ ਕੀ ਦੇਊਗਾ, ਫਿਰ ਹੁੰਦਾ ਹੀ ਹੈ। ਹਾਂਜੀ, ਇੱਥੇ ਸ਼ਬਦ ਨਿਰੰਤਰ ਨਿਜ ਘਰ ਅੱਛਾ, ਜਿਹੜਾ ਨਿਜ ਘਰ ਹੈ ਇੱਥੇ ਲਗਾਤਾਰ ਸ਼ਬਦ ਹੁੰਦਾ ਹੈ, ਹਮੇਸ਼ਾ ਹੀ ਹੁੰਦਾ। ਅੰਮ੍ਰਿਤ ਸਨ ਹੀ ਵਰਸਦਾ ਬੁੱਝੇ ਬੁੱਝਣਹਾਰ, ਪਰ ਤੂੰ ਕਦੇ ਇੱਥੇ ਟੇਕਿਆ ਹੋਵੇ ਗਿਆ ਹੋਵੇ ਤਾਂ ਤੈਨੂੰ ਪਤਾ ਹੋਵੇ। ਸ਼ਬਦ ਤਾਂ ਤੇ ਸ਼ੁਰੂ ਤੇ ਹੀ ਹੈ, ਇਸੇ ਦੇ ਸ਼ਬਦ ਨਾਲ ਗਰਭ ਜੁੜਿਆ ਹੋਇਆ ਸੀ ਤੂੰ, ਇਸੇ ਨਾਲ ਜੁੜ ਕੇ ਸਰੀਰ ਦੇ ਵਿੱਚ ਰਲਿਆ ਤੂੰ, ਸਰੀਰ ਜਾਂ ਧਾਰਨ ਕੀਤਾ ਇਹ ਸ਼ਬਦ ਨਾਲ ਜੁੜ ਕੇ ਹੀ ਕੀਤਾ, ਇਹਦੇ ਨਾਲ ਤੇਰੀ ਲਿਪ ਜੁੜੀ ਹੋਈ ਸੀ ਗਰਭ 'ਚ, ਜਾਂ ਲਿਵ ਛੁਟਕੀ ਤੀ ਤ੍ਰਿਸ਼ਨਾ ਤਾਂ ਲੱਗੀ ਸੀ, ਲਿਵ ਛੁਟਕੀ ਜਾਂ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਭਰਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਉਹ ਮਾਇਆ ਦਾ ਜਾਦੂ ਚੱਲ ਗਿਆ ਤੇਰੇ ਤੇ, ਮਾਇਆ ਦਾ ਹੁਕਮ ਚੱਲ ਗਿਆ, ਇਸੇ ਦੇ ਨਾਲ ਲਿਵ ਫਿਰ ਲਾ ਲੈ। ਇਹ ਤਾਂ ਉਦੋਂ ਵੀ ਸੀ ਜਦ ਤੋਂ ਬਾਅਦ ਇਹ ਬੰਦ ਕਰ ਹੋਇਆ, ਇਹ ਤਾਂ ਰਿਹਾ ਹੀ ਹੈ, ਤੂੰ ਬਾਹਰ ਚਲਿਆ ਗਿਆ ਇਹ ਇੱਥੇ ਰਹਿ ਗਿਆ। ਜੇ ਜਾਣਾ ਲੜ ਛੱਡਣਾ ਇਸੇ ਨੂੰ ਕਹਿ ਰਿਹਾ ਸੀ, ਉਹ ਜਿਹੜਾ ਕਹਿੰਦਾ ਜੇ ਜਾਣਾ ਲੜ ਛੱਡਣ, ਲੜ ਫੜਾ ਕੇ ਭੇਜਿਆ ਸੀ ਗਰਭ 'ਚ, ਫੜ ਕੇ ਰੱਖੀ ਘੁੱਟ ਕੇ, ਕਹਿੰਦਾ ਮੈਨੂੰ ਐਂ ਨਹੀਂ ਕਿਹਾ ਵੀ ਛੁੱਟ ਜਾਂਦਾ ਹੁੰਦਾ, ਮੈਨੂੰ ਨਹੀਂ ਪਤਾ ਵੀ ਛੁੱਟ ਵੀ ਜਾਂਦਾ ਹੁੰਦਾ ਲੜ, ਪੀਡੀ ਪਾਈ ਗੰਢ ਫਿਰ ਮੈਂ ਗੰਢ ਨਾ ਦੇ ਦਿੰਦਾ, ਜੇ ਗੰਢ ਪਾ ਲੈਂਦਾ ਹੱਥ ਨਾਲ ਮੇਰਾ ਹੱਥ ਖਿੱਚਿਆ ਹੀ ਚਲਿਆ ਜਾਂਦਾ ਨਾਲ, ਪੀਡੀ ਪਾਈ ਗੰਢ ਛੁੱਟ ਗਿਆ। ਇੱਥੇ ਸ਼ਬਦ ਹੁੰਦਾ ਹੀ ਹੈ ਨਿਜ ਘਰ 'ਚ, ਤੇਰੇ ਭਵਨ ਜੋਤ ਸੋ ਸ਼ਬਦ ਲਹਿ, ਤਿੰਨਾਂ ਭਵਨਾਂ ਦਾ ਗਿਆਨ ਜੋਤ ਆ ਗਿਆ ਨਾ, ਤਿੰਨਾਂ ਭਵਨਾਂ ਦਾ ਤੇਰੇ ਭਵਨ ਜੋਤ, ਜੋਤ ਗਿਆਨ ਹੀ ਹੁੰਦਾ ਸੋ ਸ਼ਬਦ ਲਹਿ, ਇਹ ਸ਼ਬਦ ਵਿੱਚੋਂ ਤਿੰਨ ਲੋਕ ਦਾ ਗਿਆਨ ਹੁੰਦਾ। ਇੱਥੇ ਜਿਹੜਾ ਸ਼ਬਦ ਉਪਦੇਸ਼ ਹੈ ਨਾ, ਇਹ ਸਿਰਫ ਤਿੰਨ ਲੋਕ ਦਾ ਗਿਆਨ ਹੈ ਇਹਦੇ 'ਚ। ਪਹਿਲਾਂ ਤੈਨੂੰ ਗਿਆਨ ਮਿਲਿਆ ਸੀ ਸਰੀਰ ਨਾਲ ਜੁੜਨ ਦਾ, ਉਰਧ ਤਪ ਸੀਗੇ, ਉਰਧ ਉਲਟਾ ਮਾਇਆ ਨਾਲ ਜੁੜ ਗਿਆ ਸੀ। ਹੁਣ ਮਾਇਆ ਨਾਲੋਂ ਉਪਰਾਮ ਕਿਵੇਂ ਹੋਣਾ, ਤਾਂ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉਦਾਸੀ ਕਿਵੇਂ ਹੋਣਾ, ਇਹ ਗਿਆਨ ਹੁੰਦਾ ਹੁਣ ਤੈਨੂੰ। ਹੁਣ ਤੈਨੂੰ ਮਾਇਆ 'ਚੋਂ ਉਦਾਸੀ ਕਰਨਾ, ਗੁਰਮੁਖ ਮਾਇਆ ਵਿੱਚ ਉਦਾਸੀ, ਤਿੰਨ ਲੋਕ ਦਾ ਗਿਆਨ ਤੋਂ ਜ਼ਿਆਦਾ ਨਹੀਂ ਹੈ ਭਗਵਾਨ ਦੇ ਵਿੱਚ। ਖਾਵੇ ਦੁੱਖ ਭੂਖ ਸਾਚੇ ਕੀ, ਖਾਵੇ ਦੁੱਖ ਭੂਖ ਸਾਚੇ ਕੀ, ਸਾਚੇ ਦੀ ਜਿਹੜੀ ਭੂਖ ਆ ਸਾਰੇ ਦੁੱਖ ਖਾ ਜਾਂਦੀ ਹੈ ਇੱਥੇ। ਸਾਚੇ ਨਾਮ ਕੀ ਲੱਗਦਾ ਭੂਖ, ਉਹ ਤਾਂ ਭੁੱਖ ਭੁੱਖ ਹੈ, ਖਾਏ ਚੱਲੀਏ ਦੁੱਖ, ਉਹ ਜਿਹੜੀ ਸਾਚੇ ਦੀ ਭੁੱਖ ਲੱਗਦੀ ਹੈ ਉਹ ਦੁੱਖ ਸਾਰੇ ਖਾ ਜਾਂਦੀ ਹੈ। ਦੁੱਖਾਂ ਦੇ ਤੇਲ ਨਾਲ ਦੀਵਾ ਜਲਦਾ ਹੈ, ਇੱਥੇ ਜਿਹੜਾ ਦੀਵਾ ਜਲਦਾ ਨਾ, ਦੁੱਖ ਜਲਦੇ ਨੇ ਤੇਲ ਰੂਪ ਵਿੱਚ, ਦੁੱਖ ਵਿੱਚ ਪਾਇਆ ਤੇਲ, ਦੀਵਾ ਮੇਰਾ ਏਕ ਨਾਮ, ਉਹਨੇ ਚਾਨਣ ਉਹਨੂੰ ਸੌਖੀ ਹੈ, ਉੱਧਰ ਚਾਨਣ ਹੁੰਦਾ ਜਾਂਦਾ ਹੈ, ਉੱਧਰ ਦੁੱਖ ਜਲੀ ਜਾਂਦੇ, ਦੁੱਖ ਖਤਮ ਹੋਈ ਜਾਂਦੇ, ਚੂਕਾ ਜਮ ਸਿਓ ਮੇਲ, ਭਰਮ ਨਾਲ ਕੋਈ ਮੇਲ ਨਹੀਂ ਰਿਹਾ, ਜਮ ਇੱਥੇ ਭਰਮ ਦਾ ਰੋਲ ਹੈ, ਤੇ ਦੀਵਾ ਜਲਦਾ ਹਨੇਰਾ ਜਾਂਦਾ ਨਾ,
ਹਨੇਰਾ ਭਰਮ ਹੈ। ਜੇ ਜੰਮਦਾ ਫੜਿਆ ਹੋਇਆ ਤਾਂ ਭਰਮ ਦਾ ਫੜਿਆ ਹੋਇਆ, ਭਰਮ ਦੀ ਰੱਸੀ ਹੋਈ ਹੈ ਜੋਤ, ਜੋਤ ਨੂੰ ਹੋਰ ਕੋਈ ਨਹੀਂ ਫੜ ਸਕਦਾ ਸਮਾਜ ਹਨੇਰੇ 'ਤੇ। ਜੋ ਜੇ ਕਾਬੂ ਕਰਦਾ ਹਨੇਰਾ ਕਰਦਾ ਜੋਤ ਨੂੰ ਕਾਬੂ, ਹੋਰ ਕੌਣ ਕਰੂਗਾ? ਜੋਤ ਨੂੰ ਕਾਬੂ ਕੋਈ ਨਹੀਂ ਕਰ ਸਕਦਾ। ਸੱਚੇ ਹੀ ਤ੍ਰਿਪਤਾਸ ਰਹੇ, ਸੱਚੇ ਹੀ ਤ੍ਰਿਪਤਾਸ ਰਹੇ, ਸੱਚੇ ਨਾਲ ਤ੍ਰਿਪਤ ਹੋਇਆ ਰਹਿੰਦਾ ਹੈ। ਉੱਥੇ ਫਿਰ ਭੁੱਖ ਨਹੀਂ ਜਾਗਦੀ ਮਾਇਆ ਦੀ। ਅਨਹਦ ਬਾਣੀ ਗੁਰਮੁਖੀ ਜਾਣੀ ਬਿਰਲੋ ਕੋ ਅਰਥਾ, ਇਸੇ ਹੀ ਇਹੀ ਅਨਹਦ ਬਾਣੀ, ਇਸੇ ਨੂੰ ਅਨਹਦ ਬਾਣੀ ਕਹਿੰਦੇ ਨੇ। ਗੁਰਮੁਖੀ ਜਾਣੀ, ਗੁਰਮੁਖਾਂ ਨੇ ਅਨਹਦ ਬਾਣੀ ਜਾਣੀ ਆਪਣੇ ਅੰਦਰੋਂ ਹੀ, ਅਤੇ ਇਹ ਤੁਰਕੀ ਬਾਣੀ, ਇਸ ਨੂੰ ਇਹ ਤੁਰਕੀ ਬਾਣੀ ਵੀ ਇਹੀ ਹੈ। ਤੁਰ ਕੇ ਤਾਂ ਬਾਹਰ ਨਹੀਂ ਹੈ, ਅੰਦਰ ਤੁਰ ਹੈ, ਆਹੀ ਅੰਦਰ ਹੈ ਤੁਰ, ਬਾਹਰ ਨਹੀਂ ਹੈ ਤੁਰ, ਤੁਰ ਅੰਦਰੋਂ ਆਈ ਹੈ ਬਾਣੀ ਹਿਰਦੇ ਚੋਂ। ਬਿਰਲੋ ਕੋ ਅਰਥ ਆਵੇ, ਤੁਰਕੀ ਬਾਣੀ ਨਾ ਅਨਹਦ ਬਾਣੀ ਗੁਰਮੁਖੀ ਜਾਣੀ ਬਿਰਲੋ ਕੋ ਅਰਥ ਆਵੇ, ਤਾਂ ਗੁਰਮੁਖੀ ਜਿਹੜਾ ਤੁਰ ਇਹ ਅਨਹਦ ਬਾਣੀ ਨੂੰ ਜਾਣ ਲੈਂਦਾ, ਜਾਣ ਕੇ ਉਹ ਲਿਖ ਦਿੰਦਾ, ਉਹਦੀ ਲਿਖੀ ਉਹਨੂੰ ਕੋਈ ਬਿਰਲਾ ਅਰਥ ਆਉਂਦਾ। ਕਬੀਰ ਨੇ ਪਹਿਲਾਂ ਲਿਖਤੀ, ਭਗਤਾਂ ਨੇ ਪਹਿਲਾਂ ਲਿਖਤੀ, ਨਾਨਕ ਨੇ ਉਹਨੂੰ ਅਰਥਾਇਆ, ਆ ਨਾਨਕ ਉਹ ਬਾਣੀ ਉਹ ਅਰਥਾਇਆ, ਅਰਥ ਆ ਰਿਹਾ ਅਸਲ 'ਚ। ਬਿਰਲੋ ਕੋ ਅਰਥ ਆਵੇ ਕਹਿ ਕੇ ਉਹ ਐਂ ਕਹਿ ਰਿਹਾ ਵੀ ਇਹ ਜਿਹੜੀ ਬਾਣੀ ਹੈ ਨਾ ਭਗਤਾਂ ਦੀ, ਸਿੱਧਾ ਕੋਲ ਵੀ ਸੀਗੀ ਉਦੋਂ, ਸਾਰੀ ਬਾਣੀ ਸਾਰਿਆਂ ਕੋਲ ਸੀ, ਉਹ ਪੜ੍ਹਦੇ ਸਾਰੇ ਸੀ। ਹੁਣ ਗੁਰਬਾਣੀ ਵੀ ਤਾਂ ਸਾਰੇ ਪੜ੍ਹਦੇ ਨੇ, ਅਰਥ ਆਪਣੇ ਆਪਣੇ ਕਰਦੇ ਨੇ, ਉਹ ਗੱਲ ਅਲੱਗ ਹੈ, ਅਰਥ ਕਰਨ ਦੀ ਗੱਲ ਅਲੱਗ ਹੈ, ਪਰ ਬਾਣੀ ਤਾਂ ਸਾਰਿਆਂ ਕੋਲ ਹੈ। ਬਿਰਲਾ ਕੋ ਅਰਥ ਆਵੇ ਇਹਨੂੰ।